ਬ੍ਰਿਟਾਨੀਆ ਦੀ ਪਾਰਲੀਮੈਂਟ ਦੇ ਵਿੱਚ ਸਿੱਖ ਐਮਪੀ ਪ੍ਰੀਤਕੌਰ ਗਿੱਲ ਨੇ ਹਾਊਸ ਆਫ ਕਾਮਨਸ ਦੇ ਵਿੱਚ ਦੇਸ਼ ਭਰ ਦੇ ਵਿੱਚ ਸਿੱਖਾਂ ਦੀ ਸੁਰੱਖਿਆ ਦਾ ਮੁੱਦਾ ਚੁੱਕਿਆ। ਲੇਬਰ ਪਾਰਟੀ ਨਾਲ ਸੰਬੰਧ ਰੱਖਣ ਵਾਲੀ ਪ੍ਰੀਤਕੌਰ ਨੇ ਭਾਰਤ ਨੂੰ ਕਟਹਿਰੇ ਵਿੱਚ ਖੜਾ ਕੀਤਾ। ਉਹਨਾਂ ਗ੍ਰਹਿ ਮੰਤਰੀ ਟੌਮ ਟੁਗੇਧਾਂਟ ਨੂੰ ਪੁੱਛਿਆ ਕਿ ਜਿਸ ਤਰ੍ਹਾਂ ਕੈਨੇਡਾ ਨੇ ਆਪਣੇ ਦੇਸ਼ ਵਿੱਚ ਇੱਕ ਸਿੱਖ ਲੀਡਰ ਹਰਦੀਪ ਸਿੰਘ ਨਿੱਜਰ ਖਿਲਾਫ ਸਾਜ਼ਿਸ਼ ਦਾ ਵਿਰੋਧ ਕੀਤਾ ਅਤੇ ਅਮਰੀਕਾ ਨੇ ਗੁਰਪਤਵੰਦ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ناکਾਮ ਕੀਤੀ, ਤੁਸੀਂ ਦੇਸ਼ ਵਿੱਚ ਸਿੱਖਾਂ ਨੂੰ ਮਿਲ ਰਹੀਆਂ ਧਮਕੀਆਂ ਤੇ ਕੀ ਕਰ ਰਹੇ ਹੋ? ਤੁਸੀਂ ਉਸੇ five eyes nations have raised concerns about the actions of agents with links to india, targeting sikh activists here in the united kingdom. most disturbingly, there has been alleged assassinations and foiled assassination plots. and the us and canadian authorities have taken the lead at senior levels to publicly call out this challenge to their sovereignty, to the rule of law, and their democratic values. Given reports of British Sikhs facing similar threats, what steps is the government taking to secure their safety? And will he show the same strength as our partners to publicly defend their democratic rights? ਪ੍ਰੀਤਕੌਰ ਗਿੱਲ ਦੇ ਸਵਾਲਾਂ ਦਾ ਜਵਾਬ ਗ੍ਰਹਿ ਮੰਤਰੀ ਟੌਮ ਨੇ ਦਿੱਤੇ ਕਿ ਹਾਂ ਕਿ ਸਾਡੀਆਂ ਖੁਫੀ ਏਜੰਸੀਆਂ ਪੂਰੀ ਤਰ੍ਹਾਂ ਐਕਟਿਵ ਨੇ ਸਾਡੀ ਡੈਮੋਕ੍ਰੇਸੀ ਟਾਸਕ ਫੋਰਸ ਕੋ ਮੰਤਰੀ ਦਖਲਅੰਦਾਜ਼ੀ ਤੇ ਬ੍ਰਿਟਿਸ਼ ਨਾਗਰਿਕਾਂ ਨੂੰ ਸੁਰੱਖਿਆ ਦੇਣ ਲਈ ਪੂਰੀ ਤਰ੍ਹਾਂ ਨਾਲ ਲੱਗੀ ਹੋਈ ਹੈ ਜੇ ਕੋਈ ਅਜਿਹੀ ਧਮਕੀ ਦੀ ਜਾਣਕਾਰੀ ਮਿਲਦੀ ਹੈ ਤਾਂ ਅਸੀਂ ਆਪਣੇ ਪਾਈ ਵਾਲਾਂ ਦੇ ਸੰਪਰਕ ਵਿੱਚਾਂ ਪੂਰੀ ਕਾਰਵਾਈ ਕਰਨ ਲਈ ਤਿਆਰ ਹਾਂ ਸਿੱਖ ਕਮਿਊਨਿਟੀ ਸ਼ੁੱਡ ਬੀ ਅ ਸੇਫ ਇਨ ਦੀ ਯੂਨਾਈਟਿਡ ਕਿੰਗਡਮ ਐਜ਼ ਏਵਰੀ ਅਦਰ ਕਮਿਊਨਿਟੀ ਇਨ ਦੀ ਯੂਨਾਈਟਿਡ ਕਿੰਗਡਮ 올 ਬ੍ਰਿਟਿਸ਼ ਸਿਟੀਜ਼ਨਸ ਆਰ ਇਕੁਅਲ ਵਟਐਵ The reality is that we have taken all the action we believe is appropriate at this stage we maintain a very close relationship of course with our five eyes partners ਉਧਰ ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕੈਨੇਡਾ ਤੇ ਇੱਕ ਵਾਰੀ ਮੋੜ ਤੋਂ ਸਵਾਲ ਚੁੱਕੇ ਨੇ ਉਹਨਾਂ ਨੇ ਇੱਕ ਪ੍ਰੋਗਰਾਮ ਦੌਰਾਨ ਇਲਜ਼ਾਮ ਲਾਇਆ ਕਿ ਕੈਨੇਡਾ ਨੇ ਭਾਰਤ ਵਿਰੋਧੀ ਤਾਕਤਾਂ ਨੂੰ ਆਪਣੇ ਮੁਲਕ ਵਿੱਚ ਥਾਂ ਦਿੱਤੀ ਹੈ ਕੈਨੇਡਾ ਦਾ ਤਰਕ ਹੈ ਕਿ ਲੋਕਤੰਤਰ ਵਿੱਚ ਸਾਰਿਆਂ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਡੇ ਡਿਪਲੋਮੇਟਾਂ ਨੂੰ ਧਮਕਾਇਆ ਜਾਵੇ ਕਿਸੇ ਦੇਸ਼ ਦੇ ਸਮਾਰਤ ਸਫਾਰਤਖਾਨੇ ਤੇ স্মੋਗ ਬੰਬ ਸੁੱਟੇ ਜਾਣ ਹਿੰਸਾ ਆਪਣੀ ਗੱਲ ਰੱਖਣ ਦੀ ਆਜ਼ਾਦੀ ਨਹੀਂ ਦਿੰਦੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਕਿ ਕੈਨੇਡਾ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਵੱਖਵਾਦ ਅਤੇ ਹਿੰਸਾ ਦੀ ਵਕਾਲਤ ਕਰਨਾ ਪ੍ਰਗਟਾਵੇ ਦੀ ਆਜ਼ਾਦੀ ਨਹੀਂ ਬਲਕਿ ਇਸ ਦੀ ਦੁਰਵਰਤੋਂ ਹੈ ਇੱਕ ਨਿੱਜੀ ਟੀਵੀ ਚੈਨਲ ਨੂੰ ਇੰਟਰਵਿਊ ਦੌਰਾਨ ਜੈ ਸ਼ੰਕਰ ਤੋਂ ਇਹ ਵੀ ਪੁੱਛਿਆ ਗਿਆ ਕਿ ਕੀ ਨਵੀਂ ਦਿੱਲੀ ਵਿੱਚ ਹੋਏ ਜੀ 20 ਸਮਾਗਮ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਵਿਗੜ ਗਏ ਨੇ ਵੀਜ਼ਾਾਂ ਦੀ ਰਫ਼ਤਾਰ ਮੱਠੀ ਹੋ ਗਈ ਹੈ ਕੀ ਹੁਣ ਕੈਨੇਡਾ ਦੀ ਭਾਰਤ ਪ੍ਰਤੀ ਸਮਝ ਵੱਧ ਰਹੀ ਹੈ ਭਾਰਤ ਨੇ ਕੈਨੇਡਾ ਨੂੰ ਵੀਜ਼ਾ ਦੇਣ ਦੀ ਪ੍ਰਕਿਰਿਆ ਵੀ ਰੋਕ ਦਿੱਤੀ ਸੀ ਇਸ ਦੇ ਜਵਾਬ ਦੇ ਵਿੱਚ ਵਿਦੇਸ਼ ਮੰਤਰੀ ਨੇ ਕਿਹਾ ਕਿ ਸਾਨੂੰ ਵੀਜ਼ਾ ਪ੍ਰਕਿਰਿਆ ਨੂੰ ਰੋਕਣਾ ਪਿਆ ਕਿ ਸਾਡੇ ਡਿਪਲੋਮੇਟ ਕੰਮ ਤੇ ਜਾਣਾ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਸੀ ਉਹਨਾਂ ਨੂੰ ਧਮਕੀਆਂ ਮਿਲਦੀਆਂ ਸੀ ਉਸ ਸਮੇਂ ਕਹਿੰਦੇ ਸਾਨੂੰ ਕੈਨੇਡਾ ਸਰਕਾਰ ਵੱਲੋਂ ਲੜਿੰਦੀ ਸੀ ਤਾਂ ਨਹੀਂ ਮਿਲ ਰਹੀ ਸੀ ਹੁਣ ਸਥਿਤੀ ਬਿਹਤਰ ਹੈ ਇਸ ਲਈ ਵੀਜ਼ੇ ਦਾ ਕੰਮ ਪਹਿਲਾਂ ਵਾਂਗ ਹੋ ਗਿਆ ਹੈ ਸਾਨਾ ਦਾ ਅੰਦੋਲਨ ੱਲੇ ਭਾਰਤ ਦੇ ਵਿੱਚ ਹੀ ਨਹੀਂ ਪੰਜਾਬ ਦੇ ਵਿੱਚ ਹੀ ਨਹੀਂ ਯੂਰਪ ਦੇ ਵਿੱਚ ਵੀ ਕਿਸਾਨਾਂ ਦਾ ਵੱਡਾ ਸੰਘਰਸ਼ ਚੱਲ ਰਿਹਾ ਹੈ ਪਹਿਲਾਂ ਯੂਰਪ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਹਾਂ ਇਹ ਤਸਵੀਰਾਂ ਬੈਲਜੀਅਮ ਦੇ ਬਰਸਲਸ ਦੀਆਂ ਨੇ ਜਿੱਥੇ ਗੁੱਸੇ ਵਿੱਚ ਆਏ ਕਿਸਾਨਾਂ ਨੇ ਟਾਇਰਾਂ ਨੂੰ ਅੱਗ ਲਾ ਦਿੱਤੀ ਪੁਲਿਸ ਨੇ ਕਿਸਾਨਾਂ ਤੇ ਕਾਰਵਾਈ ਵੀ ਕੀਤੀ ਸੋਮਵਾਰ ਨੂੰ ਯੂਰਪ ਦੇ ਬਰਸਲਸ ਦੇ ਵਿੱਚ ਸੜਕਾਂ ਤੇ ਵੱਡੀ ਗਿਣਤੀ ਵਿੱਚ ਕਿਸਾਨ ਉਤਰੇ ਟਰੈਕਟਰਾਂ ਦੇ ਨਾਲ ਉਤਰੇ ਤੇ ਸੜਕਾਂ ਕਿਸਾਨਾਂ ਨੇ ਪੂਰੀ ਤਰ੍ਹਾਂ ਜਾਮ ਕਰ ਦਿੱਤੀਆਂ ਇਸ ਦਰਮਿਆਨ ਕਿਸਾਨਾਂ ਦੇ ਉੱਤੇ ਪਾਣੀ ਦੀਆਂ ਬੁਛਾੜਾਂ ਵੀ ਹੱਡੀਆਂ ਗਈਆਂ ਦਰਸਲ ਸੁਪਰਮਾਰਕਟ ਦੇ ਵਿੱਚ ਸਸਤੇ ਭਾਅ ਤੇ ਬਰਾਮਦਗੀ ਅਤੇ ਦਰਾਮਦਗੀ ਦੇ ਉੱਤੇ ਛੋਟਾ ਅਤੇ ਯੂਰਪੀਅਨ ਯੂਨੀਅਨ ਦੇ ਸਖਤ ਕਾਗਜ਼ਾਈ ਕਾਰਵਾਈ ਦੇ ਨਿਯਮਾਂ ਨੂੰ ਲੈ ਕੇ ਇੱਥੇ ਕਿਸਾਨਾਂ ਦੇ ਵਿੱਚ ਰੋਹ ਫੈਲਿਆ ਹੋਇਆ ਹੈ ਜਿਸ ਕਰਕੇ ਉਹ ਯੂਰਪੀਅਨ ਯੂਨੀਅਨ ਦੇ ਦਫ਼ਤਰ ਦੇ ਬਾਹਰ ਇਕੱਠੇ ਹੋਏ ਸਨ ਬੈਲਜੀਅਮ ਦੇ ਬਰਸਲਸ ਦੀਆਂ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਦੇ ਕਿਸਾਨਾਂ ਦਾ ਤੇ ਉਧਰਲੇ ਕਿਸਾਨਾਂ ਦਾ ਜਿਹੜਾ ਸੰਘਰਸ਼ ਤਾਂ ਪੈਂਤੜਾ ਹੈ ਉਹ ਇੱਕੋ ਜਿਹਾ ਹੀ ਹੈ ਉੱਥੇ ਵੀ ਕਿਸਾਨ ਸੜਕਾਂ ਤੇ ਨਿਕਲਦੇ ਨੇ ਇੱਥੇ ਵੀ ਕਿਸਾਨ ਸੜਕਾਂ ਤੇ ਨਿਕਲਦੇ ਨੇ ਜਦੋਂ ਪਿਛਲਾ ਕਿਸਾਨੀ ਸੰਘਰਸ਼ ਹੋਇਆ ਸੀ ਉਸਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ਤੇ ਪਹਿਲੀ ਵਾਰੀ ਇਹ ਹੋਇਆ ਸੀ ਕਿ ਕਿਸਾਨਾਂ ਨੇ ਆਪਣੇ ਟਰੈਕਟਰ ਟਰਾਲੀਆਂ ਦੇ ਨਾਲ ਪ੍ਰਦਰਸ਼ਨ ਕੀਤਾ ਪਹਿਲੀ ਵਾਰੀ ਹੋਇਆ ਸੀ ਕਿ 26 ਜਨਵਰੀ ਨੂੰ ਕਿਸਾਨਾਂ ਨੇ ਟਰੈਕਟਰ ਦੇ ਨਾਲ ਪਰੇਡ ਕੱਢੀ ਉਸ ਤੋਂ ਬਾਅਦ ਹੋਰ ਵੀ ਕਈ ਮੁਲਕਾਂ ਤੋਂ ਜਈਆਂ ਤਸਵੀਰਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਹੁਣ ਤੁਹਾਨੂੰ ਪੰਜਾਬ ਦੀਆਂ ਸਰ